दुख मुक जिहा जीना बंदिया चो रेंदे हो फिर कौडिया दे मुल दे नहीं सिर दे चंडे एवें जहान विच झुलदे नहीं मैं लजपालां दे सौरव बड़ा प्यारा साडा मेरा भरा ये बहुत सुरीले बंदे ने सारे लड़ लगियां मैथों सब गम ਪਾਲਾਂ ਦੇ ਲੜ ਲੱਗੀ ਮੈਥੋਂ ਸਭ ਗਮ ਪਰੇ ਹੋ ਜਾਂਦਾ ਜਾਂ ਕਿਸੇ ਦਾ ਬਣ ਜਾਂਦਾ ਤਾਂ ਫਿਰ ਰੌਲਾ ਮੁੱਕ ਜਾਂਦਾ फुल वर्गे जिहड़े इस तरह खिड़े रहना सी यही चाहुंदे सी अरदास करदे दुआ करदे आ एक बार ताड़ी साईं जी लई जरूर मारो सारे जने जोरदार ताड़ी होनी चाहीदी है क्योंकि इन्हां दी बदौलत अज इस स्टेज ते हाजिर लगाउण दा जो कि जाने दरबार से की परमात्मा तंदुरुस्ती बख्शे पैसा तो बाद च कमा लांगे जे मैं हिंदू बन जावा पूजा पाठ लगदी है
जे मैं सिख बन जावा अरदास लगदी है, ओ जे मैं बन जा शराबी, ओ जे मैं बन जा शराबी ता शराब लगदी है, ओ जे मैं शराब कोई काजी ता नमाज लगदी है। सिद्धू भाजी यारी मस्ती मेरे लिए, यारी मस्ती मेरे, यारी मस्ती मेरे, यारी मस्ती मेरे लिए। सो मेरी सरकार सरेटे नारा शरीफ तो साईं दिल वर्षा जी असी कर्म वाले एक बार जोरदार ताड़ी दोनों हाथ उपर खड़े करके होनी चाहिए है। सो साडे विचार आ गए ने, सो बड़े टाइम तो मैं तो वेट कर रहा सीगा। सो थैंक यू करदा असी कर्म वाले साईं जी, क्योंकि इन्हां दी बदौलत इस स्टेज ते आया। वाह जी वाह। जद आखरी लम्हा ते मेरी जान होवे इना अखियां अगे तेरा कर होवे। गल कली कली सवाल दो कि सुनने वाली गल है। जद आखरी लम्हा ते मेरी जान होवे इना अखियां अगे ओदा कर होवे, जद जावे आशिकी ओदा दुनिया चो, जद जावे आशिकी ओदा दुनिया तो मेरा सिर महबूब दे दर होवे, जद आखरी लम्हा ते मेरी जान होवे, जद आखरी लम्हा ते यारी मस्ती मेरे लिए, यारी मस्ती मेरे लिए, ओ मैं ते आशिक हां चला, यारी मस्ती मेरे लिए, मैं ते आशिक हां चला, मेरी यारा नाल लगी जाने मैं जा मेरा अल्लाह। We'll be right back.
अगली गल बड़े ध्यान सुनने वाली है। जगी टोड़ा की लिखता है, फिर भी ओला गंदियां ने जिन मर्जी रकम कमा ली।
रमजान ने लिखता जो होना हो कई बार परमात्मा आप ही दे देता है। Come on.
ਉਹ ਬਿਨਾਂ ਤਾੜੀ ਤੋਂ ਨਹੀਂ ਗਏ ਜਾਂਦੇ। ਜਿਨ੍ਹਾਂ ਦੇ ਹੱਥ 'ਚ ਚਾਹ ਵਾਲੇ ਗਲਾਸ ਨੇ ਜਾਂ ਚਗੋਤੀ 'ਚ ਜਵਾਕ ਨੇ, ਉਹਨਾਂ ਨੂੰ ਮਾਫ ਹੈ, ਬਾਕੀ ਤਾੜੀ ਮਾਰ ਕੇ ਹਾਜ਼ਰ ਲਵੋ ਉਹਨਾਂ ਫੱਕਰਾਂ ਦੇ ਦਰਬਾਰ ਤੇ। ਹਾਂ ਇੰਨੇ ਹਸੀ ਦਾਤਾ ਤੂੰ ਨਾ ਕਰੇ ਹੋਰ ਕਰੇ ਕਿਹੜਾ ਪੂਰੀਆਂ ਸਭੇ ਜ਼ਰੂਰਤਾਂ ਮੇਰੀਆਂ ਨੂੰ, ਲੋਕੀ ਤੱਕਦੇ ਐ ਬੁਗਨਾ ਮੇਰੇ ਦਿਲ ਦੇ ਤੱਕਦਾ ਮੈਂ ਤੁਹਾਡੇ ਵਿੱਚ ਆਇਆ ਇਹ ਸਭ ਕਿਰਪਾ ਤੁਹਾਡੀ ਆ, ਮੈਂ ਤੁਹਾਡੇ ਵਿੱਚ ਆਇਆ ਇਹ ਸਭ ਕਿਰਪਾ ਤੁਹਾਡੀ ਆ, ਹਾਂ ਕੱਖ ਤੋਂ ਲੱਖ ਬਣਾਇਆ ਇਹ ਸਭ ਕਿਰਪਾ ਤੁਹਾਡੀ ਆ, ਮੱਥੇ ਕੱਸ ਜਾਂਦੇ ਨੇ ਕਿਰਪਾ ਤੁਹਾਡੀ ਆ। ਦੀਨ ਚੋਰੀ ਹੋ ਗਿਆ, ਇਮਾਨ ਚੋਰੀ ਹੋ ਗਿਆ, ਮਿਟ ਗਈ ਇਨਸਾਨੀਅਤ, ਇਨਸਾਨ ਚੋਰੀ ਹੋ ਗਿਆ। ਉਹ ਕਟਵਾਲੀ ਚ ਬੁਲਾਏ ਜਾ ਰਹੇ ਨੇ ਭਗਤ ਜਨ, ਸੁਣਦਿਆਂ ਮੰਦਿਰ ਚੋਂ ਕੱਲ ਭਗਵਾਨ ਚੋਰੀ, ਮੁਕੱਦਸ ਤਦਾ ਛੱਡ ਕੇ ਪੜ ਰਹੇ ਨੇ ਸਭ ਇਸ਼ਕੀਆ। ਆ ਗੀਤਾ ਚੋਰੀ ਹੋ ਗਈ, ਕੁਰਾਨ ਚੋਰੀ ਹੋ ਗਿਆ, ਉਹ ਬਸ ਕਰ ਗੁਨਾਹਗਾਰ ਲਿਖਣਾ ਬੰਦ ਕਰ ਦੇ ਹੁਣ, ਹਾਂ ਬਸ ਕਰ ਗੁਨਾਹਗਾਰ ਲਿਖਣਾ ਬੰਦ ਕਰ ਦੇ ਹੁਣ, ਆ ਸੁਣਦਿਆਂ ਤੇਰਾ ਵੀ ਕੱਲ ਮੈਦਾਨ ਚੋਰੀ। ਇੱਕ ਵਾਰ ਤਾੜੀ ਮਾਰ ਦੋ ਸ਼ੇਰ। ਵਾਹ ਉਹ ਦੁਨੀਆਂ ਦਿਆ ਮਾਲਕਾ, ਖੇਲ ਤੇਰੇ ਵੀ ਬੜੇ ਹਵਾਲੇ ਨੇ, ਸਿੱਖ ਕੌਮ ਦਾ ਸਿਦਕ ਅਜ਼ਮਾਉਣ ਲਈ ਅੱਜ ਫਿਰ ਨਵੇਂ ਮੁਲਾਜ਼ਮ ਘੱਲੇ ਨੇ। ਕਦੇ ਹਰਿਮੰਦਰ ਸਾਹਿਬ 'ਤੇ ਹਮਲਾ, ਕਦੇ ਜੱਲਿਆਂ ਵਾਲੇ ਬਾਗ ਦਾ ਖੂਨੀ ਕਾਂਡ, ਹਾਲੇ ਤੱਕ ਤਾਂ ਸਾਡੇ ਜ਼ਖਮ ਵੀ ਸਨ ਨਹੀਂ ਭਰੇ, ਤੂੰ ਝੋਲੀ ਪਾ ਦਿੱਤਾ 84 ਵਾਲਾ ਕਾਂਡ। ਕੀ ਹੋਇਆ ਤਦ ਸਿੱਖਾਂ ਦੇ ਨਾਲ, ਸ਼ਾਇਦ ਹੀ ਕਿਸੇ ਨੂੰ ਪਤਾ ਹੋਣਾ ਆ। ਅਜੇ ਤੱਕ ਨਾ ਮਿਲਿਆ ਇਨਸਾਫ ਉਹਨਾਂ ਕਿਸਮਤ ਦੇ ਮਾਰਿਆਂ ਨੂੰ, ਬਸ ਇਸੇ ਗੱਲ ਦਾ ਤਾਂ ਰੱਬਾ ਰੋਣਾ ਆ। ਫਿਰ ਵੀ ਨਾ ਮਨ ਭਰਿਆ ਜਦ ਸਰਕਾਰਾਂ ਦਾ, ਤਾਂ ਸੀਸ ਗੰਜ ਸਾਹਿਬ ਦਾ ਮੁੱਦਾ ਉਠਾ ਦਿੱਤਾ, ਜਿੱਥੇ ਹਜ਼ਾਰਾਂ ਪਿਆਸਿਆਂ ਦੀ ਪਿਆਸ ਮਿਟਦੀ ਸੀ, ਉਹ ਪਿਆਓ ਹੀ ਪਲ ਵਿੱਚ ਢਾ ਦਿੱਤਾ। ਕਿਉਂ ਭੁੱਲ ਗਏ ਉਹ ਪਿਆਰਿਓ ਉਸ ਸਮੇਂ ਨੂੰ, ਜਦ ਹਿੰਦੂ ਕੌਮ 'ਤੇ ਮੁਸੀਬਤ ਆਈ ਸੀ, ਸਭ ਲੁੱਕ ਗਏ ਸੀ ਆਪਣੇ ਘਰ ਘਰ ਜਾ ਕੇ, ਤਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਆਵਾਜ਼ ਉਠਾਈ ਸੀ। ਸੀਸ ਤੱਕ ਹੀ ਵਾਰ ਦਿੱਤਾ ਜਿਨ੍ਹਾਂ, ਸਿਰਫ ਹਿੰਦੂ ਕੌਮ ਬਚਾਉਣ ਦੇ ਲਈ। ਅੱਜ ਇੱਕ ਮਿੰਟ ਨਾ ਲਾਇਆ ਹਿੰਦੁਸਤਾਨ ਦੀ ਸਰਕਾਰ ਨੇ ਉਹਦੇ ਘਰ ਦਾ ਹੀ ਹਿੱਸਾ ਢਾਉਣ ਲਈ। ਹੰਝੂ ਜੀਤ ਦੀਆਂ ਅੱਖਾਂ ਵਿੱਚ ਵੀ ਆ ਗਏ ਅੱਜ, ਹਾਲ ਕਲਯੁੱਗ ਜ਼ਮਾਨੇ ਦਾ ਵੇਖ ਕੇ, ਦੇਖ ਕੀ ਹੋ ਗਿਆ ਤੇਰੀ ਬਣਾਈ ਹੋਈ ਦੁਨੀਆ ਨੂੰ ਰੱਬਾ, ਅੰਦਾਜ਼ਾ ਲਾਈ ਇਹ ਸਭ ਹੁੰਦਾ ਦੇਖ ਕੇ। ਵਾਹ ਉਹ ਪੋਲੀਟਿਕਸ ਦੀ ਕੁਰਸੀ ਦੇ ਪਿਆਰਿਓ, ਤੁਹਾਡੀ ਸੋਚਦੇ ਵੇ ਕੀ ਕਹਿਣੇ ਨੇ, ਪਰ ਯਾਦ ਰੱਖਣਾ ਤਖਤੋ ਤਾਜ ਤਾਂ ਔਰੰਗਜ਼ੇਬ ਦੇ ਨਾ ਰਹੇ, ਤੁਹਾਡੇ ਵੀ ਕਿੱਥੋਂ ਰਹਿਣੇ ਨੇ।